ਅਸੀਂ ਮੇਲੇ 'ਚ ਸੀਗੇ ਜੀ, ਅਤੇ ਉਹ ਆਏ ਜੀ, ਉਹਨਾਂ ਨੇ ਅੰਮ੍ਰਿਤਸਰ ਫਾਇਰਿੰਗ ਸ਼ੁਰੂ ਕਰਤੀ, ਅਤੇ ਕਾਫੀ ਜਣੇ 50-60 ਜਣੇ ਸੀਗੇ ਜੀ, ਅਤੇ 5-6 ਜਣਿਆਂ ਨੂੰ ਤਾਂ ਜਾਣਦੇ ਹਾਂ, ਅਤੇ 3 ਜਣੇ ਚੂੜ ਚੱਕਦੇ ਸੀ, ਇੱਕ ਢੁੱਡੀ ਕਹਿੰਦੇ ਸੀ ਪਿੰਡ ਦੇ। ਕਿੰਨੇ ਫਾਇਰ ਕੀਤੇ ਉਹਨਾਂ ਨੇ? 3 ਫਾਇਰ ਕੀਤੇ ਜੀ। ਕਿੱਥੇ ਕਿੱਥੇ ਲੱਗਿਆ? ਮੇਰੇ ਲੱਤ ਨੂੰ ਖਾ ਕੇ ਨੰਗਾ, ਆਹ ਮੁੰਡੇ ਦੇ ਪੱਟ 'ਚ ਵੱਜਿਆ ਜੀ ਨਾਲ ਦੇ। ਕੀ ਰੰਜਿਸ਼ ਕੀ ਸੀ ਤੁਹਾਡੀ? ਰੰਜਿਸ਼ ਕੋਈ ਨਹੀਂ ਸੀਗੀ ਜੀ ਸਾਡੀ ਨੂੰ। ਕਿਸੇ ਪਾਰਟੀ ਨਾਲ ਕੋਈ ਸੀਗਾ? ਨਹੀਂ, ਸਾਡਾ ਕੋਈ ਚੱਕਰ ਨਹੀਂ ਸੀਗਾ ਜੀ। ਹਥਿਆਰ ਕੀ ਕੀ ਸੀ ਉਹਨਾਂ ਕੋਲ? ਉਹਨਾਂ ਕੋਲ ਜੀ ਪੈਸਟਲ ਸੀਗੇ ਅਤੇ ਖੰਡੇ ਕਿਰਪਾਨਾਂ ਸੀਗੀਆਂ ਜੀ। ਕੋਈ ਪੁਰਾਣੀ ਰੰਜਿਸ਼ ਕੀ ਸੀ? ਨਹੀਂ, ਸਾਡੀ ਕੋਈ ਰੰਜਿਸ਼ ਨਹੀਂ ਸੀ। ਇੱਕਦਮ ਜਿਹੜੀ ਫਾਇਰਿੰਗ ਸ਼ੁਰੂ ਕੀਤੀ, ਕੀ ਕਾਰਨ ਰਿਹਾ? ਕੋਈ ਕਾਰਨ ਜੀ, ਉਹ ਅਨੁਸਾਰ ਹੀ ਯਾਨੀ ਕਿ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ ਵੀ, ਅਜੇ ਆਪਾਂ ਪਤਾ ਨਹੀਂ ਲੱਗਾ ਜੀ ਸਾਨੂੰ ਵੀ। ਪਹਿਲਾਂ ਤੁਹਾਨੂੰ ਮਿਲੇ ਕਿਲੇ ਕਿਤੇ? ਨਹੀਂ, ਸਾਨੂੰ ਕੋਈ ਤਾਂ ਪਹਿਲਾਂ ਕਿਤੇ ਮਿਲੇ ਗਏ ਨਹੀਂ ਜੀ। ਦੇਖੇ ਨਹੀਂ ਪਹਿਲਾਂ? ਨਹੀਂ, ਐਂ ਤਾਂ ਜਾਣਦੇ ਹਾਂ ਜੀ ਵੀ ਮੁੰਡੇ ਜਿਵੇਂ ਨਾਲ ਲਾਂਭ ਪਿੰਡ ਦੇ ਹੀ ਆ ਜੀ, ਯਾਨੀ ਕਿ ਪਹਿਲਾਂ ਕੋਈ ਨਾ ਸਾਡੀ ਕੋਈ ਗੱਲਬਾਤ ਨਾ ਕੋਈ ਲਾਗ ਡਾਟ ਜੀ। ਅਸੀਂ ਮੇਲੇ 'ਚ ਖੜੇ ਗਏ ਅਤੇ ਉਹਨਾਂ ਨੇ ਮੁੰਡਿਆਂ ਨੇ ਫਾਇਰਿੰਗ ਸ਼ੁਰੂ ਕਰਤੀ, ਸਾਡੇ 'ਤੇ ਕੋਈ ਗੱਲਬਾਤ ਨਹੀਂ ਹੋਈ, ਅਤੇ ਸਰਪੰਚ ਦਾ ਗਨਮੈਨ ਆ ਮੁੰਡਾ ਜਿਹਨੇ ਫਾਇਰ ਮਾਰਿਆ ਵਾ, ਅਤੇ ਸਰਪੰਚ ਨਾਲ ਗੱਲਬਾਤ ਹੋਈ ਸੀਗੀ ਸਾਡੀ ਥੋੜ੍ਹਾ ਟਾਈਮ ਪਹਿਲਾਂ। ਸਰਪੰਚ ਨੇ ਨਾ ਆਪਣਾ ਲੱਫੜ ਮਾਰਿਆ ਸੀ ਮੇਰੇ, ਅਤੇ ਆਪਣੀ ਕੋਈ ਗੱਲਬਾਤ ਵੀ ਨਹੀਂ ਹੋਈ, ਉਦੋਂ ਬਾਅਦ ਇਹ ਕੌਣ ਨਹੀਂ ਕਿਹਾ ਉਹਨੂੰ ਵੀ ਜਾਂ ਕੋਈ ਆਪਾਂ ਗਾ ਕਿਹਾ ਹੋਵੇ, ਅਤੇ ਸਰਪੰਚ ਨੇ ਭੇਜੇ ਸੀ, ਸਰਪੰਚ ਕੋਲ ਹੀ ਸੀਗੇ ਉਹ ਬੰਦੇ, ਅਤੇ ਆਉਂਦਿਆਂ ਨੇ ਉਹਨੇ ਹਾਂਜੀ ਸਰਪੰਚ ਨੇ ਕੁਛ ਨਹੀਂ, ਲੋਕਡਾਊਨ ਲੱਗਾ ਸੀਗਾ ਅਤੇ ਮੈਂ ਉਹ ਤੋਂ ਲਿਖਾਉਣ ਗਿਆ ਸੀਗਾ, ਅਤੇ ਉਹਨੇ ਲੱਫੜ ਮਾਰਿਆ ਜੀ, ਅਤੇ ਉਦੋਂ ਬਾਅਦ ਕੁਛ ਨਹੀਂ ਹੋਇਆ, ਨਾ ਉਹਨੇ ਕੁਛ ਕਹਿਣਾ ਸਾਨੂੰ, ਅਤੇ ਹੁਣ ਸਰਪੰਚ ਦੇ ਘਰੋਂ ਹੀ ਆਏ ਸੀਗੇ ਉਹ। ਜਸਵੀਰ ਸਿੰਘ ਜੀ? ਨਹੀਂ, ਕਿਸੇ ਨਾਲ ਕੋਈ ਰੰਜਕ ਨਹੀਂ ਜੀ। ਕੀ ਵੱਜਿਆ ਤੁਹਾਡੇ? ਕਿੱਥੇ? ਸਾਡੇ ਇੱਕ ਸਿਰ ਤੇ ਖੰਡਾ ਜੀ, ਇੱਕ ਪੱਟ ਤੇ ਫੇਰ ਵੱਜਿਆ ਵਾ। ਤੇ ਕਿੰਨੇ ਕੁ ਬੰਦੇ ਸੀਗੇ ਤੇ ਕੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ? ਬੰਦੇ ਤਾਂ ਬਹੁਤ ਸੀਗੇ ਜੀ, 4-5 ਹੀ ਨਿਗਾਹ 'ਚ ਆਏ ਜੀ। ਜੂਨ ਆਇਆ ਵਾ, ਆਕਾਸ਼ ਆਇਆ ਵਾ ਜੀ, ਬੋਵੀ ਤੇ ਇੱਕ ਲੱਭਾ, ਤੇ ਹੋਰ ਵੀ ਤੁਹਾਡੇ ਨਾਲ ਸੀਗੇ ਜਿਹਦੇ ਕੋਈ ਵੱਜਿਆ? ਉਹ ਮੁੰਡਾ ਵੱਜਿਆ ਜੀ, ਇੱਕ ਮੁੰਡਾ ਵਾ, ਉਹਨੇ 3 ਜਣੇ ਖੜੇ ਗਏ ਸੀ, ਅਤੇ ਬਸ ਉਹਨਾਂ ਨੇ ਆਉਂਦਿਆਂ ਨੇ ਕੰਮ ਕਰਤਾ ਜੀ, ਫਾਇਰ ਸ਼ੁਰੂ ਕਰਤੇ ਸਾਡੇ 'ਤੇ। ਇਹਨਾਂ ਜੀ ਮੌਕੇ 'ਤੇ ਜਾ ਕੇ ਚੈੱਕ ਕੀਤਾ ਗਿਆ, ਹੁਣ ਸਿਵਲ ਹੋਸਪਿਟਲ ਆਏ ਹਾਂ। ਦੋ ਪਾਰਟੀਆਂ ਦੀ ਆਪਸ ਵਿੱਚ ਲੜਾਈ ਹੋਈ ਹੈ, ਇੱਕ ਪਾਸੇ ਜੋਬਨਪ੍ਰੀਤ ਹੋਣੀ ਨੇ, ਇੱਕ ਪਾਸੇ ਹਰਪ੍ਰੀਤ ਹੋਣੀ ਨੇ। ਦੋਵੇਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਬਲੇਮ ਲਾ ਰਹੀਆਂ ਵੀ ਇਹਨਾਂ ਨੇ ਸਾਡੇ ਉੱਤੇ ਫਾਇਰ ਕੀਤਿਆ, ਅਤੇ ਦੂਜੀ ਪਾਰਟੀ ਕਹਿੰਦੀ ਇਹਨਾਂ ਨੇ ਸਾਡੇ ਉੱਤੇ ਫਾਇਰ ਕੀਤਿਆ। ਐਕਚੁਲੀ ਦੋਵਾਂ ਪਾਰਟੀਆਂ ਦੀ ਫਾਇਰ ਆਰਮ ਇੰਜਰੀ ਤਾਂ ਹੈਗੀ ਆ, ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗੂਗਾ ਕਿਹੜੀ ਪਾਰਟੀ ਨੇ ਕਿਹਦੇ ਫਾਇਰ ਕੀਤਾ ਆ ਜੀ। ਕਿਹੜੇ ਕਿਹੜੇ ਦੇ ਫਾਇਰ ਲੱਗੇ ਆ ਸਰ? ਇੱਕ ਜੋਬਨਪ੍ਰੀਤ ਦੇ ਫਾਇਰ ਲੱਗਾ ਹੋਇਆ, ਇੱਕ ਹਰਪ੍ਰੀਤ ਦੇ ਲੱਗਾ ਹੋਇਆ। ਇਹ ਕਾਰਨ ਕੀ ਰਿਹਾ ਸਰ? ਇਹਨਾਂ ਦੀ ਕੋਈ ਆਪਸ ਵਿੱਚ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਨੇ, ਲੋਕਡਾਊਨ ਦੇ ਦੌਰਾਨ ਦੱਸਦੇ ਨੇ ਵੀ ਅਸੀਂ ਆਪਸ ਵਿੱਚ ਤੂੰ ਤੂੰ ਮੈਂ ਹੁੰਦੀ ਰਹਿੰਦੀ ਨੇ, ਇੱਕੋ ਪਿੰਡ ਦੇ ਨੇ, ਹੁਣ ਅਲੱਗ ਅਲੱਗ ਰਹਿੰਦੇ ਨੇ। ਸਰ ਇਹ ਵਾਰਦਾਤ ਹੋਈ ਕਿੱਥੇ? ਇਹ ਢੁੱਡੀ ਕੇ ਦਾਣਾ ਮੰਡੀ ਦੇ ਵਿੱਚ ਹੋਈ ਹੈ ਜੀ। ਕੋਈ ਮੇਲਾ ਵੀ ਚੱਲਦਾ? ਉੱਥੇ ਮੇਲਾ ਹਰ ਸਾਲ ਹੁੰਦਾ, ਸਾਲਾਨਾ ਉਹ ਚੱਲਦਾ ਹੈਗਾ ਜੀ। ਸਰਪੰਚ ਦਾ ਨਾਮ ਲੈ ਰਹੇ? ਕੋਈ ਸਰਪੰਚ ਦਾ ਪ੍ਰੋਬਲਮ? ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ, ਇਹ ਕਹਿ ਰਿਹਾ ਵੀ ਜਿਹੜਾ ਜੋਬਨਪ੍ਰੀਤ ਆ ਉਹ ਸਰਪੰਚ ਦੇ ਨਾਲ ਹੁੰਦਾ ਆ, ਉਹਨੂੰ ਵੈਰੀਫਾਈ ਕਰਾਂਗੇ ਵੀ ਇਹ ਗੱਲ ਸੱਚ ਆ ਜਾਂ ਨਹੀਂ। ਗਨਮੈਨ ਦੱਸਿਆ ਜਾ ਰਿਹਾ ਸਰ, ਕੋਈ ਆਫੀਸ਼ੀਅਲੀ ਕੁਝ ਹੈ ਇਸ ਤਰ੍ਹਾਂ ਦਾ? ਨਹੀਂ, ਆਫੀਸ਼ੀਅਲੀ ਤਾਂ ਕੋਈ ਹੈ ਹੀ ਨਹੀਂ, ਇਹ ਤਾਂ ਪ੍ਰਾਈਵੇਟ ਬੰਦਾ ਆ ਜੀ ਜੋਬਨਪ੍ਰੀਤ, ਉਹ ਕਹਿ ਰਿਹਾ ਵੀ ਗਨਮੈਨ ਸੀਗੇ, ਅਸੀਂ ਇਹ ਚੀਜ਼ ਨੂੰ ਵੈਰੀਫਾਈ ਕਰਾਂਗੇ ਪ੍ਰੋਪਰ। ਫਾਇਰ ਕਿੰਨੇ ਹੋਏ ਸਰ? ਫਾਇਰ ਇੰਜਰੀਆਂ 2 ਹੋਈਆਂ ਨੇ, ਕਨਫਰਮ ਹੋ ਜੂ, ਡਾਕਟਰ ਸਾਹਿਬ ਤੋਂ ਰਾਇ ਲੈ ਰਹੇ ਹਾਂ ਵੀ ਬਾਕੀ ਫਾਇਰ ਆਰਮ ਇੰਜਰੀ ਆ ਕਿ ਇਹਨਾਂ ਦੇ ਦੱਸਣ ਮੁਤਾਬਕ ਆ ਜੀ। ਗੋਲੀਆਂ ਕਿੰਨੀਆਂ ਚੱਲੀਆਂ ਜੀ ਉੱਥੇ ਮੌਕੇ 'ਤੇ? ਗੋਲੀਆਂ ਲੋਕਾਂ ਦੇ ਦੱਸਣ ਮੁਤਾਬਕ 2 ਹੀ ਚੱਲੀਆਂ ਆ ਜੀ। ਇੰਜਰਡ ਕਿੰਨੇ ਹੋਏ ਜੀ? ਟੋਟਲ ਬੰਦੇ ਇੰਜਰਡ 3 ਨੇ ਇਸ ਟਾਈਮ ਜੀ। ਆਲਰੇਡੀ ਹੋਸਪਿਟਲ ਐਡਮਿਟ ਨੇ ਜੀ, ਪੁਲਿਸ ਪਾਰਟੀ ਸਾਡੀ ਖੜੀ ਹੈ, ਅਸੀਂ ਗਾਰਦ ਲਾਵਾਂਗੇ ਜਿੰਨਾ ਚਿਰ ਕੋਈ ਤੱਥ ਸਾਹਮਣੇ ਨਹੀਂ ਆਉਂਦੇ ਸਾਡੇ। ਫਰਦਰ ਕੀ ਕਾਰਵਾਈ ਕੀਤੀ? ਫਰਦਰ ਜਿਹੜੀਆਂ ਸਟੇਟਮੈਂਟਾਂ ਹੋਣਗੀਆਂ ਉਹਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ।